ਤੇ ਜਿਹੜਾ ਇਨਸਾਨ ਇਹ ਕਹਿੰਦਾ ਰਾਜਵਾਣਾ ਵੀ ਨਾ ਮੈਂ ਪੰਜਾਬ ਦੇ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਦਾ, ਨਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ, ਨਾ ਮੈਂ ਸੁਪਰੀਮ ਕੋਰਟ ਨੂੰ ਮੰਨਦਾ, ਤੇ ਜੋ ਮੈਂ ਕੁਝ ਕੀਤਾ, ਜੋ ਸਰਦਾਰ ਬੇਅੰਤ ਸਿੰਘ ਦਾ ਮੈਂ ਅਸੈਸੀਨੇਸ਼ਨ ਕੀਤਾ, ਜੇ ਮੈਨੂੰ ਦੁਬਾਰਾ ਮੌਕਾ ਵੀ ਮਿਲੂਗਾ ਜੇਲ੍ਹ 'ਚੋਂ ਛੁੱਟੂਗਾ, ਮੈਂ ਦੁਬਾਰਾ ਵੀ ਕੰਮ ਕਰੂੰਗਾ। ਅਤੇ ਉਹ ਇਨਸਾਨ ਜਿਹੜਾ ਇਸ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ, ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ, ਜਿਹੜਾ ਦੇਸ਼ ਨੂੰ ਤੋੜਨਾ ਚਾਹੁੰਦਾ, ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ, ਅੱਜ ਉਹ ਅਕਾਲੀ ਦਲ ਵਾਲੇ ਕਿਸ ਮੂੰਹ ਨਾਲ ਕੀ ਗੱਲ, ਮੁੱਖ ਮੰਤਰੀ ਜਦੋਂ ਬੇਅੰਤ ਸਿੰਘ ਜੀ ਸੀਗੇ ਉਹਨਾਂ ਨੇ ਕਿਸੇ ਪਰਿਵਾਰ ਲਈ ਜਾਨ ਦਿੱਤੀ ਸੀ? ਉਹਨਾਂ ਨੇ ਜਾਨ ਦਿੱਤੀ ਸੀ ਪੰਜਾਬ ਦੇ ਲਈ। ਇਹ ਰਾਜਵਾਣਾ ਹੁਣੀ ਉਹ ਕਾਤਲ ਨੇ ਜਿਨ੍ਹਾਂ ਨੇ 35,000 ਲੋਕ ਸ਼ਹੀਦ ਕੀਤੇ ਸੀ, ਅੱਜ ਪੰਜਾਬ ਇਹਨਾਂ ਨੂੰ ਮਾਫ਼ ਨਹੀਂ ਕਰੂਗਾ। ਕਿਉਂ ਅਕਾਲੀ ਦਲ, ਕਿਉਂ ਰੈਫਰੈਂਡਮ 2020 ਵਾਲੇ ਤੋਂ ਡਰ ਗਏ? ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਪੁੱਤਰੇ ਭਾਈ ਬਲਵੰਤ ਸਿੰਘ ਰਾਜਵਾਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਲਈ SGPC ਅਤੇ ਅਕਾਲੀ ਦਲ ਦਾ ਵਫਦ ਅੱਜ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ। ਆਪਣੀਆਂ ਜਾਨਾਂ ਬਚਾਉਣ ਲਈ ਇਹ ਉਹਨਾਂ ਦੀਆਂ ਫਾਂਸੀਆਂ ਮਾਫ਼ ਕਰਾਉਣ ਤੁਰ ਪਏ? ਮੁੱਖ ਮੰਤਰੀ ਸੂਬੇ ਦੇ ਨੂੰ ਉਹਨੂੰ ਬੰਬ ਨਾਲ ਆ ਦੇ, ਉਹਦੇ ਚੀਥੜੇ ਆ ਦੇ, ਉਸ ਬੰਦੇ ਨੂੰ ਇਹ ਮਾਫ਼ੀ ਮੰਗਣ ਚੱਲੇ ਨੇ? ਜਿਸ ਵਿੱਚ ਰਾਜਨਾਥ ਸਿੰਘ ਨੂੰ ਫਾਂਸੀ ਦੀ ਸਜ਼ਾ ਨੂੰ ਤਬਦੀਲ ਕਰਕੇ ਉਮਰ ਕੈਦ ਵਿੱਚ ਕਰਨ ਦੀ ਅਪੀਲ ਕੀਤੀ ਗਈ, ਕਿਉਂਕਿ ਪਿਛਲੇ 6 ਸਾਲਾਂ ਤੋਂ ਲੰਬਾ ਸਮਾਂ ਹੋ ਗਿਆ। ਇਸ ਅਪੀਲ ਉੱਤੇ ਦੇਸ਼ ਦੇ ਰਾਸ਼ਟਰਪਤੀ ਨੇ ਕੋਈ ਆਪਣਾ ਫੈਸਲਾ ਨਹੀਂ ਸੁਣਾਇਆ। ਇਸ ਵਫਦ ਵਿੱਚ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਕੁੰਦੜ, ਸਾਂਸਦ ਮੈਂਬਰ ਬ੍ਰਹਮਪੁਰਾ, SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਸਾਂਸਦ ਤਰਲੋਚਨ ਸਿੰਘ ਹਾਜ਼ਰ ਸਨ। ਅਕਾਲੀ ਦਲ ਅਤੇ SGPC ਦਾ ਵਫਦ ਦਾ ਅੱਜ ਰਾਜੋਵਾਲਾ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ ਕਰਨ ਦਾ ਕਾਰਨ ਇਹ ਵੀ ਹੈ ਕਿਉਂਕਿ ਪਟਿਆਲਾ ਜੇਲ੍ਹ ਵਿੱਚ ਭਾਈ ਬਲਵੰਤ ਸਿੰਘ ਰਾਜੋਵਾਲਾ ਵੱਲੋਂ ਫਾਂਸੀ ਉੱਤੇ ਕੋਈ ਫੈਸਲਾ ਨਾ ਆਉਣ ਉੱਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਅੱਜ 3ਰਾ ਦਿਨ ਹੈ। ਜੇਲ੍ਹ ਸੂਤਰਾਂ ਦੀ ਮੰਨੀਏ ਤਾਂ ਭਾਈ ਰਾਜੋਵਾਲੇ ਦਾ ਭਾਰ 2 ਕਿਲੋ ਤੱਕ ਘਟ ਗਿਆ ਹੈ। ਦੇਖੋ, ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੈਂਬਰ ਪਾਰਲੀਮੈਂਟ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੂੰ ਅਸੀਂ ਮਿਲ ਕੇ ਬਾਹਰ ਨਿਕਲੇ ਹਾਂ ਸੰਸਦ ਦੇ ਵਿੱਚ, ਉਹਨਾਂ ਦੇ ਦਫ਼ਤਰ ਦੇ ਵਿੱਚੋਂ, ਔਰ ਉਹਨਾਂ ਤੋਂ ਅਸੀਂ ਜ਼ੋਰ ਦੇ ਕੇ ਮੰਗ ਕੀਤੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਲਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ 2012 ਸੁਣਾਈ ਗਈ ਸੀ, ਉਹਨਾਂ ਦੀ ਸਜ਼ਾ, ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਲੰਮੇ ਸਮੇਂ ਤੋਂ ਭਾਰਤ ਦੇ ਰਾਸ਼ਟਰਪਤੀ ਜੀ ਕੋਲ ਪਟੀਸ਼ਨ ਪਾਈ ਸੀ, ਔਰ ਰਾਸ਼ਟਰਪਤੀ ਜੀ ਨੇ ਉਹ ਪਟੀਸ਼ਨ ਜਿਹੜੀ ਆ ਗ੍ਰਹਿ ਮੰਤਰਾਲੇ ਨੂੰ ਭੇਜੀ ਹੋਈ ਆ। ਕਈ ਵਰਸ ਲੰਘ ਗਏ, 5-6 ਸਾਲ ਹੋ ਗਏ, ਅਜੇ ਤੱਕ ਉਹਦਾ ਕੋਈ ਨਿਪਟਾਰਾ ਨਹੀਂ ਹੋਇਆ। ਅਸੀਂ ਜ਼ੋਰ ਦੇ ਕੇ ਮੰਗ ਕੀਤੀ ਆ ਕਿ ਇਨਸਾਨੀਅਤ ਦੇ ਤੌਰ 'ਤੇ, ਮਨੁੱਖੀ ਕਦਰਾਂ ਕੀਮਤਾਂ ਦੇ ਤੌਰ 'ਤੇ ਪੰਜਾਬ ਦੇ ਪਿਛਲੇ ਸਮੇਂ ਦੇ ਸੰਤਾਪ ਹੰਢਾਏ ਦਾ ਮਾਰੂ ਅਸਰ ਸਾਰੇ ਦੇਸ਼ 'ਤੇ ਪੈਣ ਦੇ ਕਾਰਨ, ਔਰ ਅੱਗੇ ਨੂੰ ਕੋਈ ਇਸ ਤਰ੍ਹਾਂ ਦਾ ਦੁਬਾਰਾ ਹਾਲਾਤ ਪੈਦਾ ਨਾ ਹੋਣ, ਉਹਨਾਂ ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਨੂੰ ਜਲਦੀ ਤੋਂ ਜਲਦੀ ਇਸ ਪਟੀਸ਼ਨ ਦਾ ਨਿਪਟਾਰਾ ਕਰਕੇ ਫਾਂਸੀ ਦੀ ਜਿਹੜੀ ਮੌਤ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਚਾਹੀਦਾ। ਮਾਣਯੋਗ ਗ੍ਰਹਿ ਮੰਤਰੀ ਜੀ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਮੈਂ ਸਾਰੀਆਂ ਰਿਪੋਰਟਾਂ ਇੰਟੈਲੀਜੈਂਸ ਦੀਆਂ ਮੰਗਾ ਕੇ ਸਾਰੀ ਰਿਪੋਰਟ ਜਲਦੀ ਤੋਂ ਜਲਦੀ ਤਿਆਰ ਕਰਕੇ ਅਸੀਂ ਬਹੁਤ ਹੀ ਗੰਭੀਰਤਾ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਲੈ ਕੇ ਰਾਸ਼ਟਰਪਤੀ ਜੀ ਨੂੰ ਕੇਸ ਭੇਜਾਂਗੇ, ਕਿਉਂਕਿ ਅਸੀਂ ਇਹ ਵੀ ਧਿਆਨ 'ਚ ਲਿਆਂਦਾ ਵੀ ਭਾਈ ਰਾਜਵਾਣਾ ਜੀ ਨੇ ਕੱਲ੍ਹ ਪਰਸੋਂ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ, ਅਤੇ ਸਾਡੇ ਯਤਨਾਂ ਦੇ ਬਾਵਜੂਦ ਵੀ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਆ, ਕਿਉਂਕਿ ਉਹਨਾਂ ਦਾ ਵਿਸ਼ਵਾਸ ਉੱਠਿਆ ਹੋਇਆ ਇਸ ਗੱਲ 'ਤੇ ਕਿ ਲੰਮਾ ਸਮਾਂ ਹੋ ਗਿਆ। ਇਹ ਮਾਨਸਿਕ ਪੀੜਾ ਵੀ ਆ, ਜੇ ਕੋਈ ਲਟਕਦੀ ਰਹੇ ਤਲਵਾਰ ਰਹੇ ਤਾਂ ਮਾਨਸਿਕ ਪੀੜਾ ਜਿਹੜੀ ਆ ਸਭ ਤੋਂ ਸਖਤ ਡੰਡ ਹੁੰਦਾ। ਸੋ ਇਹ ਸਾਰੀਆਂ ਗੱਲਾਂ ਬੜੀਆਂ ਖੁੱਲ੍ਹ ਕੇ ਹੋਈਆਂ ਨੇ ਗ੍ਰਹਿ ਮੰਤਰੀ ਜੀ ਕੋਲ, ਔਰ ਉਹਨਾਂ ਨੇ ਬੜੇ ਧਿਆਨ ਨਾਲ ਸਾਡੀਆਂ ਸਾਰੀਆਂ ਗੱਲਾਂ ਸੁਣੀਆਂ ਔਰ ਪੂਰਾ ਵਿਸ਼ਵਾਸ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਸ ਤੁਹਾਡੀ ਜਿਹੜੀ ਆਈ ਆ ਰਿਕੁਐਸਟ ਉਹਦੇ 'ਤੇ ਅਮਲ ਕਰਾਂਗੇ। ਕੀ ਇੱਕ ਮੁੱਖ ਮੰਤਰੀ ਹੋਣ ਨਾਤੇ ਉਹ ਸਾਰਾ ਕੁਝ ਆਪਣਾ ਨਿਸ਼ਾਵਰ ਕਰ ਗਏ ਇਹ ਉਹਨਾਂ ਦੇ ਕਾਤਲਾਂ ਨੂੰ ਬਚਾਉਣ ਤੁਰ ਪਏ? ਅੱਜ ਅਸੀਂ ਜੋ ਸਰਦਾਰ ਬਲਵੰਤ ਸਿੰਘ ਰਾਜੋਵਾਲੇ ਦੇ ਪੁਆਇੰਟ 'ਤੇ ਜੋ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਉਹਦੇ ਵਾਸਤੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਰੇ ਅਸੀਂ ਜਿਹੜੇ MPC ਪਾਰਲੀਮੈਂਟ ਦੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਸੀ ਟਾਈਮ ਲੈ ਕੇ ਰਾਜਨਾਥ ਸਿੰਘ ਤੋਂ, ਔਰ ਬੜਾ ਅਸੀਂ ਉਹਨੂੰ ਸਮਝਾਇਆ ਕਿ ਬਹੁਤ ਸੀਰੀਅਸ ਇਸ਼ੂ ਹੈ, ਇੱਕ ਕਮਿਊਨਿਟੀ ਹੈ ਦੇਸ਼ ਜਿਹਦੀਆਂ ਬੜੀਆਂ ਕੁਰਬਾਨੀਆਂ ਨੇ ਅਤੇ ਬਹੁਤ ਕੁਰਬਾਨੀ ਵਾਲੇ ਸਿੰਘ ਨੇ, ਉਹ ਹਾਲਾਤ ਸੀ ਉਹਨਾਂ ਹਾਲਾਤਾਂ ਜੋ ਇਹ ਸਾਰੇ ਕੁਛ ਹੋਏ ਹੈ ਉਹ ਉਸ ਸਮੇਂ ਦੇ ਹਾਲਾਤ ਸੀ।
ਅੱਜ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇੱਥੋਂ ਤੱਕ ਕਿ ਬਿਆਸੋ ਦੇ ਪਰਿਵਾਰ ਨੇ ਵੀ ਲਿਖ ਕੇ ਦਿੱਤਾ, ਸਾਰੀਆਂ ਪਾਰਟੀਆਂ ਵੱਲੋਂ ਲਿਖ ਕੇ ਜਿਹੜੀ ਹੈ ਪਟੀਸ਼ਨ SGPC ਵੱਲੋਂ ਉਹ ਭੇਜੀ ਗਈ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਅਤੇ ਹੋਮ ਮਿਨਿਸਟਰ ਆਫ ਇੰਡੀਆ ਨੂੰ, ਜਿਹੜੀ 6 ਸਾਲ ਤੋਂ ਉਸ 'ਤੇ ਕੋਈ ਅੱਗੇ ਐਕਸ਼ਨ ਨਹੀਂ ਹੋਇਆ। ਅਸੀਂ ਕਿਹਾ ਕਿ ਬਹੁਤ ਸੀਰੀਅਸ ਗੱਲ ਹੈ, ਤੁਸੀਂ ਇਮੀਜੀਏਟ ਇਹਨੂੰ ਬਹੁਤਾ ਟਾਈਮ ਨਾ ਲਿਆਓ, 10 ਦਿਨਾਂ ਦੇ ਵਿੱਚ ਇਸ ਨੂੰ ਪੋਜੀਟਿਵ ਇਸ਼ੂ ਬਣਾ ਕੇ ਕਿ ਉਹਨਾਂ ਦੀ ਜਿਹੜੀ ਹੈ ਡੈਥ ਪੈਨਲਟੀ ਹੈ ਉਹਨੂੰ ਉਮਰ ਕੈਦ ਦੇ ਵਿੱਚ ਇਸ ਨੂੰ ਬਦਲੋ। ਅੱਜ ਪੰਜਾਬ ਇਹਨਾਂ ਨੂੰ ਮਾਫ਼ ਨਹੀਂ ਕਰੂਗਾ, ਅੱਜ ਇਹਨਾਂ ਨੂੰ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ। ਇਹ ਰਾਜਵਾਲਾ ਹੁਣੀ ਉਹ ਕਾਤਲ ਨੇ ਜਿਨ੍ਹਾਂ ਨੇ 35,000 ਲੋਕ ਸ਼ਹੀਦ ਕੀਤੇ ਸੀ, ਮਾਵਾਂ ਦੇ ਪੁੱਤ ਮਾਰੇ ਸੀ, ਧੀਆਂ ਵਿਧਵਾ ਕੀਤੀਆਂ ਸੀ। ਅੱਜ ਕੀ ਮਜਬੂਰੀ ਹੋ ਗਈ ਅਕਾਲੀ ਦਲ ਦੀ, BJP ਦੇ ਜਿਹੜੇ ਰਾਜਨਾਥ ਜੀ ਨੂੰ ਮਿਲਣ ਜਾ ਰਹੇ ਉਹ ਜਵਾਬ ਮੈਂ ਚਾਹੁੰਦਾ ਵੀ ਕੀ ਅੱਜ ਉਹ ਵੱਖਵਾਦੀ ਤਾਕਤਾਂ ਨਾਲ ਨੇ, ਅੱਜ ਦੇਸ਼ ਨੂੰ ਤੋੜਨ ਵਾਲੇ, ਅੱਜ ਖੂਨ ਵਹਾਉਣ ਵਾਲੇ ਪੰਜਾਬ ਦੇ ਵਿੱਚ, ਉਹ ਲੋਕਾਂ ਨਾਲ ਕਿਉਂ ਅਕਾਲੀ ਦਲ ਕਿਉਂ ਰੈਫਰੈਂਡਮ 2020 ਵਾਲੇ ਤੋਂ ਡਰ ਗਏ ਜਾਂ ISI ਏਜੰਸੀਆਂ ਤੋਂ ਡਰ ਗਏ ਜਾਂ ਆਪਣੇ ਜਾਨਾਂ ਦੀ ਇਹਨਾਂ ਨੂੰ ਡਰ ਪੈ ਗਿਆ, ਇਹਨਾਂ ਨੂੰ ਧਮਕੀਆਂ ਆ ਗਈਆਂ ਆਪਣੀਆਂ ਜਾਨਾਂ ਬਚਾਉਣ ਲਈ, ਇਹ ਉਹਨਾਂ ਦੀਆਂ ਫਾਂਸੀਆਂ ਮਾਫ਼ ਕਰਾਉਣ ਤੁਰ ਪਏ? ਅਤੇ ਹਰਸਿਮਰਤ ਕੌਰ ਅੱਜ ਮੰਤਰੀ ਆ, ਉਹ ਸੰਵਿਧਾਨ ਦੀ ਸਹੁੰ ਚੱਕ ਕੇ ਮੰਤਰੀ ਨੇ, ਮੈਂ ਪਾਰਲੀਮੈਂਟ 'ਚ ਜਵਾਬ ਪੁੱਛੂੰਗਾ ਹਰਸਿਮਰਤ ਕੌਰ ਨੂੰ। ਬਾਦਲ ਸਾਹਿਬ ਮੁੱਖ ਮੰਤਰੀ ਰਹੇ, ਡਿਪਟੀ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ, ਇਸ ਸੰਵਿਧਾਨ ਦੀ ਸਹੁੰ ਚੱਕ ਇਸ ਕਾਨੂੰਨ ਦੇ, ਅਤੇ ਅੱਜ ਜਿਹੜਾ ਕਾਨੂੰਨ ਤੋੜਨ ਵਾਲਾ ਉਹਦੇ ਬਾਰੇ BJP ਅਤੇ ਅਕਾਲੀ ਦਲ ਤੁਰ ਪਿਆ। ਮੈਂ ਕਿਹਾ ਜੇ ਉਹ ਕਹਿੰਦਾ ਵੀ ਮੈਂ ਰਾਜਵਾਲਾ ਕੱਲ੍ਹ ਨੂੰ ਕਹਿ ਦੇਵੇ ਵੀ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ, ਮੈਂ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਦਾ, ਜੋ ਮੈਂ ਕੀਤਾ ਮੈਂ ਗਲਤ ਕੀਤਾ, ਅਸੀਂ ਸਭ ਤੋਂ ਪਹਿਲੇ ਹੋਵਾਂਗੇ ਰਾਸ਼ਟਰਪਤੀ ਕੋਲ ਜਾਂ ਰਾਜਨਾਥ ਜੀ ਕੋਲ ਜਾਣ ਵਾਲੇ ਵੀ ਇਹਨੂੰ ਮਾਫ਼ ਕਰੋ। ਜਿਹੜਾ ਬੰਦਾ ਕਹਿੰਦਾ ਵੀ ਮੈਂ ਕੱਲ੍ਹ ਨੂੰ ਛੁੱਟੂੰਗਾ, ਮੈਂ ਫਿਰ ਪੰਜਾਬ 'ਚ ਅੱਗ ਲਾਊਂਗਾ, ਮੈਂ ਖਾਲਿਸਤਾਨ ਬਣਾਊਂਗਾ, ਉਹਨੂੰ ਅਸੀਂ ਕਿਵੇਂ ਮਾਫ਼ ਕਰਨ ਦੀ ਗੱਲ ਕਰ ਦਈਏ ਜੀ? ਇਸ ਕਰਕੇ ਅਕਾਲੀ ਦਲ BJP ਵਾਲੇ ਬਹੁਤ ਗਲਤ ਰਾਹ ਤੁਰ ਪਏ ਨੇ, ਚੰਦ ਵੋਟਾਂ ਦੀ ਰਾਜਨੀਤੀ ਖਾਰ ਜਾਂ ਡਰ ਖਾਤਰ, ਆਪਣੀਆਂ ਜਾਨਾਂ ਬਚਾਉਣ ਖਾਤਰ ਇਹਨਾਂ ਦੀ ਪੂੰਛਾਂ ਬਣ ਕੇ ਜਿਹੜਾ ਇਹਨਾਂ ਦੀ ਮਦਦ ਕਰਨ ਤੁਰ ਪਏ, ਇਹਦਾ ਜਵਾਬ ਲੋਕ ਮੰਗਣਗੇ ਪੰਜਾਬ। ਤੁਸੀਂ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।